ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਡਾਕਟਰ ਮੇਸ਼ ਸੁਪਰ ਸਪੈਸ਼ਲਿਟੀ ਆਈ ਐਲ ਲੇਜ਼ਰ ਸੈਂਟਰ ਭਾਈ ਗਲਤੀ ਸਿੰਘ ਨਗਰ ਤੋਂ। ਅੱਜ ਅਸੀਂ ਆਪਾਂ ਗੱਲ ਕਰਾਂਗੇ ਆਪਣੀ ਸੇਵਾ ਦੇ ਅਗਲੇ ਪੜਾਅ ਦੀ। ਸਾਡਾ ਅਗਲਾ ਬਹੁਤ ਵੱਡਾ ਕੈਂਪ ਅੱਖਾਂ ਦਾ ਪਿੰਡ ਹੀਰਾ 19 ਫਰਵਰੀ ਦਿਨ ਸ਼ੁੱਕਰਵਾਰ 10 ਵਜੇ ਲੈ ਕੇ 4 ਵਜੇ ਤੱਕ ਲਗਾਇਆ ਜਾ ਰਿਹਾ, ਦਸ਼ਮੇਸ਼ ਖਾਲਸਾ ਚੈਰੀਟੇਬਲ ਹੋਸਪਿਟਲ ਹੀਰਾ। ਇਸ ਕੈਂਪ ਦੀ ਸੇਵਾ ਜਿਹੜੀ ਸਾਡੇ ਵੀਰ ਸਰਦਾਰ ਕੇਵਲ ਸਿੰਘ ਹੀਰਾ, ਜੋ ਕਿ ਹੀਰਾ ਦੇ ਵਾਸੀ ਨੇ ਅਤੇ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਅਤੇ ਉਹ ਹਰ ਸਾਲ ਬਹੁਤ ਹੀ ਅੱਛੇ ਢੰਗ ਦੇ ਨਾਲ ਬੜੇ ਚਾਵਾਂ ਦੇ ਨਾਲ ਕੈਂਪ ਲਾਉਂਦੇ ਨੇ। ਸੋ ਉਹਨਾਂ ਵੱਲੋਂ ਸੇਵਾ ਹੈਗੀ ਹੈ ਅਤੇ ਸਹਿਯੋਗ ਹੈਗਾ ਗ੍ਰਾਮ ਪੰਚਾਇਤ ਹੀਰਾ ਇਲਾਕਾ ਨਿਵਾਸੀ ਅਤੇ ਦਸ਼ਮੇਸ਼ ਖਾਲਸਾ ਚੈਰੀਟੇਬਲ ਹੋਸਪਿਟਲ ਪ੍ਰਬੰਧਕ ਕਮੇਟੀ ਦਾ। ਆਓ ਅਸੀਂ ਇਹ ਸੁਨੇਹਾ, ਜੋ ਕਿ ਮੁਫਤ ਅੱਖਾਂ ਦਾ ਆਪਰੇਸ਼ਨ ਕੈਂਪ, ਜਿਹਦੇ ਵਿੱਚ ਚਿੱਟੇ ਮੋਤੀ ਦੇ ਆਪਰੇਸ਼ਨ, ਸ਼ੂਗਰ ਕਾਰਨ ਅੱਖਾਂ ਦੇ ਪਰਦੇ ਨੁਕਸਾਨ ਹੋਏ ਜੀ, ਉਹਦੀ ਜਾਂਚ ਅਤੇ ਹੋਰ ਵਧੇਰੀਆਂ ਜਿਹੜੀਆਂ ਅੱਖਾਂ ਦੀ ਪ੍ਰੋਬਲਮਸ ਹੁੰਦੀਆਂ ਨੇ, ਉਹ ਵਿਸ਼ੇਸ਼ ਜਾਂਚ ਕੀਤੀ ਆ ਵੀ ਸਾਡੇ ਡਾਕਟਰ ਸਾਹਿਬਾਨ, ਸਾਡੀ ਟੀਮ ਵੱਲੋਂ। ਜਿਹੜੇ ਲੋੜਵੰਦ ਪੇਸ਼ੈਂਟਸ ਹੋਣਗੇ ਉਹਨਾਂ ਦੇ ਆਪਰੇਸ਼ਨ ਜਿਹੜੇ ਹੈਗੇ ਆ, ਉਹ ਸਾਡੇ ਡਾਕਟਰ ਮੇਸ਼ ਸੁਪਰ ਸਪੈਸ਼ਲਿਟੀ ਆਈ ਐਲ ਲੇਜ਼ਰ ਸੈਂਟਰ ਭਾਈ ਰਣਜੀਤ ਸਿੰਘ ਵਿਖੇ ਸਾਰੇ ਪ੍ਰੋਪਰ ਟੈਸਟ ਕਰਨ ਤੋਂ ਬਾਅਦ, ਕੋਵਿਡ ਟੈਸਟ ਕਰਨ ਤੋਂ ਬਾਅਦ, ਸਾਡੇ ਜਿੰਨੇ ਵੀ ਸਰੋਲੋਜੀਕਲ ਖੂਨ ਦੇ ਟੈਸਟ ਕਰਨ ਤੋਂ ਬਾਅਦ, ਸਾਰਾ ਮੁਲਾਂਕਣ ਕਰਨ ਤੋਂ ਬਾਅਦ, ਬੜੇ ਅੱਛੇ ਢੰਗ ਦੇ ਨਾਲ ਹਰ ਸਾਲ ਵਾਂਗੂ ਆਪਾਂ ਇੱਥੇ ਆਪਾਂ ਲੁਧਿਆਣੇ ਵਿਖੇ ਆਪਰੇਸ਼ਨ ਕੀਤੇ ਜਾਣਗੇ। ਹਾਂ, ਤੁਹਾਡੇ ਇਲਾਕੇ 'ਚ ਕੋਈ ਵੀ ਲੋੜਵੰਦ ਇਨਸਾਨ ਹੈ ਜਿਹੜਾ ਪਿਛਲੇ ਆ ਕੋਵਿਡ ਦੇ ਵਿੱਚ ਬੜੇ ਸਮੇਂ ਤੋਂ ਠੀਕ ਰਹੇ ਸੀ ਕੈਂਪਾਂ ਵਾਸਤੇ ਔਰ ਵੇਟ ਕਰ ਰਹੇ ਨੇ, ਜਾਂ ਕੋਈ ਆਰਥਿਕ ਪੱਖੋਂ ਕਮਜ਼ੋਰ ਹੈ ਉਹ ਆਪਰੇਸ਼ਨ ਨਹੀਂ ਕਰਵਾ ਸਕਦਾ, ਇਹ ਸੁਨੇਹਾ ਉੱਤੇ ਜ਼ਰੂਰ ਪਜਾਓ। ਜੇ ਜਦੋਂ ਉਸ ਨੂੰ ਰੋਸ਼ਨੀ ਮਿਲੇਗੀ ਤੁਹਾਡੀ ਸੁਨੇਹੇ ਨਾਲ, ਤੁਹਾਨੂੰ ਵੀ ਅਸੀਸਾਂ ਦੇਵੇਗਾ ਸਾਡੇ ਵੀਰ ਸਰ ਕੇਵਲ ਸਿੰਘ ਹੀਰਾ ਜੀ ਨੂੰ, ਜੋ ਕਿ ਹਰ ਸਾਲ ਸੇਵਾ ਕਰਦੇ ਨੇ, ਉਹਨਾਂ ਨੂੰ ਵੀ ਅਸੀਸਾਂ ਦੇਵੇਗਾ, ਫਿਰ ਸਾਨੂੰ ਵੀ ਸੇਵਾ ਦਾ ਮੌਕਾ ਮਿਲੇਗਾ। ਸੋ ਆਓ ਤੁਸੀਂ ਸਾਡਾ ਇਹ ਸੁਨੇਹਾ ਕਾਰਪੋਰੇਟ ਤੋਂ ਪਜਾ ਕੇ ਆਪਾਂ ਪੂਰ ਦੇ ਅਧਿਕਾਰੀ ਬਣੀਏ। ਹਾਂ, ਇਸ ਤੋਂ ਇਲਾਵਾ ਜੇ ਕਿਸੇ ਸਾਡੇ ਹੋਰ ਵਧੇਰੇ ਜਾਣਕਾਰੀ ਲੈਣੀ ਹੈ, ਸਾਡੇ ਸੇਵਾਵਾਂ ਲੈਣੀਆਂ ਨੇ, ਸਾਡਾ ਆਪਣਾ ਹੋਸਪਿਟਲ ਡਾਕਟਰ ਵੀ ਸੁਪਰ ਸਪੈਸ਼ਲਿਟੀ ਆਈ ਲੇਜ਼ਰ ਸੈਂਟਰ ਭਾਈ ਨਗਰ, ਜਿੱਥੇ ਆਪਾਂ ਚਸ਼ਮੇ ਉਤਾਰਨ ਦੇ ਆਪਰੇਸ਼ਨ, ਜੇ ਬੱਚਿਆਂ ਦੇ ਚਸ਼ਮੇ ਲੱਗੇ ਹੁੰਦੇ ਨੇ, ਨੌਜਵਾਨ ਬੱਚੇ ਨੇ ਬਾਹਰ ਜਾਣਾ ਹੈਗਾ, ਨੌਕਰੀ ਨੂੰ ਜਾਣਾ ਹੈਗਾ, ਉਹ ਚਸ਼ਮਾ ਨੂੰ ਏਕਾ ਲੱਗਦਾ, ਉਹ ਆਪਰੇਸ਼ਨ ਵੀ ਆਪਾਂ ਲੁਧਿਆਣੇ ਵਿਖੇ ਕਰਦੇ ਹਾਂ ਬੇਸਿਕ ਸਰਜਰੀ ਨਾਲ। ਉਸ ਲਈ ਚਿੱਟੇ ਮੋਤੀ ਦੇ ਬਿਨਾਂ ਟਾਂਕੇ ਤੋਂ ਐਡਵਾਂਸ ਆਪਾਂ ਸਰਜਰੀ ਕਰਦੇ ਹਾਂ, ਅਤੇ ਸ਼ੂਗਰ ਦੇ ਕਰਕੇ ਅੱਖਾਂ ਦੇ ਪਰਦੇ ਮਾੜੇ ਹੋਏ ਸੋ ਰਹੇ ਨੇ, ਅਤੇ ਪਰਦੇ ਦੇ ਸਾਰੇ ਪੇਸ਼ੈਂਟ ਸਾਡੇ ਪਰਦੇ ਨੇ ਮਾਹਰ ਡਾਕਟਰ ਵੱਲੋਂ ਬੜੇ ਅੱਛੇ ਢੰਗ ਦੇ ਨਾਲ ਐਡਵਾਂਸ ਚੈੱਕਅਪ ਕੀਤਾ ਜਾ ਰਿਹਾ ਅਤੇ ਉਹਦਾ ਇਲਾਜ ਹੋ ਰਿਹਾ ਹੈਗਾ, ਜੋ ਕਿ ਇੱਕ ਇੰਟਰਨੈਸ਼ਨਲ ਲੈਵਲ ਦਾ ਹੈਗਾ। ਕਾਲਾ ਮੋਤੀਆਂ ਦੇ ਪੇਸ਼ੈਂਟ ਜਿਹੜੇ ਹੈਗੇ ਆ, ਉਹਦੇ ਵੀ ਆਪਣੇ ਬੜੇ ਅੱਛੇ ਢੰਗ ਦੇ ਨਾਲ ਇੱਥੇ ਚੈੱਕਅਪ ਕਰਦੇ ਹਾਂ, ਅਤੇ ਲੇਜ਼ਰ 'ਤੇ ਓਪਰੇਸ਼ਨਸ ਕੀਤੇ ਜਾਂਦੇ ਨੇ। ਭੈਂਗਾਪਨ ਵਾਲੇ ਪੇਸ਼ੈਂਟ ਬੱਚੇ ਉਹਦੇ ਹੈਗੇ ਨੇ, ਅਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਹੈਗੇ ਆ, ਆਪਣੇ ਚਿੱਟਾ ਕੋਲਾ ਪੈ ਜਾਂਦਾ, ਕੋਰਨੀਅਲ ਪੇਸਟ ਜਿਹਨੂੰ ਕਹਿ ਦਿੰਦੇ ਹਾਂ ਆਪਾਂ, ਜਿਹਦੇ ਕੋਰਨੀਅਲ ਟ੍ਰਾਂਸਪਲਾਂਟ ਅਤੇ ਆਈ ਬੈਂਕਿੰਗ ਦੀ ਸੇਵਾਵਾਂ ਬਹੁਤ ਚੁਣੌਤੀ ਦੇ ਆ ਰਹੀਆਂ ਨੇ। ਸਾਡਾ ਇਹ ਸੁਨੇਹਾ ਤੁਸੀਂ ਘਰ ਘਰ ਤੱਕ ਪਹੁੰਚਾਓ, ਤਾਂ ਵੀ ਕੋਈ ਵੀ ਲੋੜਵੰਦ ਇਨਸਾਨ ਹੈਗਾ, ਜਿਹਨੂੰ ਪਤਾ ਨਹੀਂ ਹੈਗਾ, ਜਦੋਂ ਉਹਨੂੰ ਪਤਾ ਲੱਗੇਗਾ ਕਿ ਸਾਡੇ ਸੇਵਾਵਾਂ ਕੈਂਪ ਦਾ ਹੈਗਾ, ਜੇ ਸਾਡੇ ਸਹੂਲਤਾਂ ਬਾਰੇ ਹੈਗਾ, ਸ਼ਾਇਦ ਉਹਨੂੰ ਫਾਇਦਾ ਹੋਏਗਾ ਅਤੇ ਉਹ ਤੁਹਾਡਾ ਵੀ ਧੰਨਵਾਦ ਕਰੇਗਾ, ਸਾਨੂੰ ਵੀ ਸੇਵਾ ਦਾ ਮੌਕਾ ਮਿਲੇਗਾ। ਆਓ ਅਸੀਂ ਫਿਰ ਮੈਂ ਆਪ ਨੂੰ ਬੇਨਤੀ ਕਰਦਾ, 19 ਫਰਵਰੀ ਦਿਨ ਸ਼ੁੱਕਰਵਾਰ 10 ਵਜੇ ਲੈ ਕੇ 3 ਵਜੇ ਤੱਕ ਦਸ਼ਮੇਸ਼ ਖਾਲਸਾ ਚੈਰੀਟੇਬਲ ਹੋਸਪਿਟਲ ਹੀਰਾ ਵਿਖੇ ਬਹੁਤ ਵੱਡਾ ਅੱਖਾਂ ਦਾ ਕੈਂਪ ਲੱਗ ਰਿਹਾ। ਸਾਡਾ ਸੁਨੇਹਾ ਦਿਓ, ਜੋ ਵੀ ਸੇਵਾ ਸਾਡੇ ਵੀਰ ਕੇਵਲ ਸਿੰਘ ਹੀਰਾ ਜੀ ਕਰ ਰਹੇ ਨੇ ਅਤੇ ਉਹਨਾਂ ਦੇ ਸਾਥੀ ਨਾਲ ਜੁੜੇ ਹੋਏ ਨੇ, ਉਹਨਾਂ ਦੇ ਪਰਿਵਾਰ ਨਾਲ ਜੁੜੇ ਹੋਏ ਨੇ, ਗ੍ਰਾਮ ਪੰਚਾਇਤ ਸੇਵਾ ਕਰ ਰਹੀ ਹੈਗੀ, ਅਤੇ ਦਸ਼ਮੇਸ਼ ਖਾਲਸਾ ਚੈਰੀਟੇਬਲ ਹੋਸਪਿਟਲ ਜਿਹੜਾ ਪਿਛਲੇ ਸਮੇਂ ਤੋਂ ਬਹੁਤ ਅੱਛੇ ਢੰਗ ਨਾਲ ਸੇਵਾ ਨਿਭਾਉਂਦਾ ਰਿਹਾ ਅਤੇ ਹੁਣ ਕਾਫੀ ਅੱਛੀਆਂ ਉੱਥੇ ਸੇਵਾਵਾਂ ਉਪਲਬਧ ਹੋ ਗਈਆਂ ਨੇ, ਜਿਸ ਖਾਸ ਕਰਕੇ ਡੈਂਟਲ ਦੀ ਸੇਵਾ ਅਤੇ ਹੋਰ ਬੜੇ ਡਾਕਟਰ ਸਾਹਿਬਾਨ ਬੜੇ ਅੱਛੀ ਸੇਵਾ ਕਰ ਰਹੇ। ਤੁਸੀਂ ਇਲਾਕੇ ਦੇ ਇਸ ਹੋਸਪਿਟਲ ਦਾ ਵੀ ਫਾਇਦਾ ਲੈ ਸਕਦੇ ਹੋ, ਜੋ ਕਿ ਆਪਣੇ ਹਰ ਰੋਜ਼ ਖੁੱਲ੍ਹਾ ਹੈਗਾ ਅਤੇ ਐਂਬੂਲੈਂਸ ਸਰਵਿਸਿਜ਼ ਵੀ ਉੱਥੇ ਹੈਗੀਆਂ ਨੇ। ਸੋ ਮੈਂ ਆਪ ਜੀ ਨੂੰ ਧੰਨਵਾਦ ਕਰਾਂਗਾ, ਸ਼ੁਕਰਗੁਜ਼ਾਰ ਹੋਵਾਂਗਾ ਜੇ ਸਾਡਾ ਸੁਨੇਹਾ ਤੁਸੀਂ ਘਰ ਘਰ ਤੱਕ ਜਾਓਗੇ। ਤੁਹਾਡਾ ਆਪਣਾ ਡਾਕਟਰ ਰਮੇਸ਼।